ਘੁੰਮਣ ਗਿਆ ਸੀ, ਮੈਂ ਟ੍ਰੇਨ ਦੇਖਣੀ ਸੀਗੀ, ਫਸਟ ਟਾਈਮ ਮੈਂ ਟ੍ਰੇਨ ਦੇਖੀ ਸੀਗੀ, ਅਤੇ ਸਡਨਲੀ ਟ੍ਰੇਨ ਚੱਲ ਪਈ ਅਤੇ ਮੈਂ ਅੰਮ੍ਰਿਤਸਰ ਸਟੇਸ਼ਨ 'ਤੇ ਗਿਆ। ਨਹੀਂ ਲੜਿਆ ਮੇਰੇ ਕੋਈ ਕਾਰਨ ਨਹੀਂ ਸੀਗਾ ਲੜਾਈ ਦਾ। ਕਾਰਨ ਤੋਂ ਬੇਟਾ ਕਿਸੇ ਕਾਰਨ ਕਿਹਾ ਹੁੰਦਾ ਤੂੰ? ਟ੍ਰੇਨ ਦੇਖਣ ਗਿਆ ਸੀ। ਅੱਛਾ, ਤੁਸੀਂ ਫਿਰ ਘਰੇ ਆਪਣੇ ਕੰਟੈਕਟ ਵੀ ਨਹੀਂ ਕੀਤਾ ਜਦੋਂ ਕਿਤੇ ਪਹੁੰਚ ਗਏ ਵੀ ਪਾਪਾ? ਹਾਂਜੀ ਮੈਂ ਕੀਤਾ ਸੀਗਾ। ਹਾਂਜੀ ਜਦ ਮੈਂ ਲਾਸਟ 'ਚ ਪਹੁੰਚਿਆ ਗਲਤੀ ਨਾਲ ਦਿੱਲੀ, ਨਿਊ ਦਿੱਲੀ, ਉੱਥੇ ਫਿਰ ਮੈਨੂੰ ਪਤਾ ਲੱਗਿਆ ਵੀ ਮੈਂ ਦਿੱਲੀ ਪਹੁੰਚ ਗਈ ਹਾਂ, ਕਿਉਂਕਿ ਜਾਣਾ ਤਾਂ ਮੈਂ ਪਟਿਆਲਾ ਸ਼ਹਿਰ ਸੀਗਾ। ਫਿਰ ਮੈਨੇ ਉੱਥੇ ਡੈਡੀ ਨੂੰ ਫੋਨ ਕਰਤਾ ਪੁਲਿਸ ਨੂੰ ਕਹਿ ਕੇ। ਤੁਹਾਨੂੰ ਲੱਗਦਾ ਕਿ ਤੁਸੀਂ ਗਲਤੀ ਕੀਤੀ ਜਿਹਦੇ ਨਾਲ ਤੁਹਾਡੇ ਪੇਰੈਂਟਸ ਵੀ ਨਾ ਪਰੇਸ਼ਾਨ ਹੋਏ? ਗਲਤੀ ਅੱਗੇ ਤੋਂ ਸਰ ਇਹ 16 ਤਰੀਕ ਨੂੰ ਜੀ ਸ਼ਾਮ ਨੂੰ 3:35 'ਤੇ ਘਰੋਂ ਗਿਆ ਜੀ। ਸ਼ਾਮ ਨੂੰ ਆਪਣਾ CCTV ਫੁਟੇਜ ਤੋਂ ਪਤਾ ਲੱਗਿਆ ਵੀ 3:35 'ਤੇ ਘਰੋਂ ਨਿਕਲਿਆ ਜੀ ਇਹ, ਅਤੇ ਫਿਰ ਪੁਲਿਸ ਨੂੰ ਇਨਫੋਰਮ ਕੀਤਾ ਜੀ। ਪੁਲਿਸ ਨੇ ਸਾਰੇ ਸ਼ਹਿਰ ਦੇ ਫੁਟੇਜ ਕਢਵਾਏ ਅਤੇ ਲਾਸਟ ਫੁਟੇਜ ਇਹਦੀ ਨਿਕਲੀ ਕੇਸ਼ਵ ਸਵੀਟਸ ਦੇ ਸਾਹਮਣੇ ਜੀ 4:01 'ਤੇ ਜੀ। ਅਤੇ ਫਿਰ ਅਸੀਂ ਸੋਸ਼ਲ ਮੀਡੀਆ 'ਤੇ ਪਾਤਾ ਜੀ, ਪੁਲਿਸ ਨੇ ਵੀ ਆਪਣੇ ਵੱਲੋਂ ਪੂਰਾ ਉਹ ਕੀਤਾ ਜੀ। ਫਿਰ ਸੰਗਰੂਰ ਦਾ ਕੋਈ ਬੰਦਾ ਸੀ ਜੀ, ਫਾਇਰ ਬ੍ਰਿਗੇਡ 'ਚ ਕੰਮ ਕਰਦਾ ਚੰਡੀਗੜ੍ਹ ਜੀ, ਉਹਦਾ ਸੁਬਾਹ ਕੋਲ ਆਈ 17 ਨੂੰ ਜੀ 7:30, ਉਹ ਕਹਿੰਦਾ ਵੀ ਕੱਲ੍ਹ ਸ਼ਾਮ ਨੂੰ ਮੈਂ ਡਿਊਟੀ ਜਾ ਰਿਹਾ ਸੀ ਸੰਗਰੂਰ ਤੋਂ, ਅਤੇ ਮੈਂ ਪਟਿਆਲੇ ਦੇਖਿਆ ਬੱਸ 'ਚ ਮੇਰੇ ਨਾਲ ਬੈਠਾ ਸੀ ਤੁਹਾਡਾ ਬੇਟਾ, ਅਤੇ ਅਸੀਂ ਉਹਦੇ ਅਕੋਰਡਿੰਗ ਅਸੀਂ ਫਿਰ ਚਲੋ ਪਟਿਆਲੇ ਬਹੁਤ ਲੱਭਿਆ ਜੀ, ਉੱਥੇ ਨਹੀਂ ਮਿਲਿਆ, ਅਤੇ ਫਿਰ ਜੀ ਸਾਨੂੰ ਪਨੀਗੜ੍ਹ FIR ਲਾਂਚ ਕਰਾ ਤੀ। ਅਤੇ ਫਿਰ ਸਾਨੂੰ ਕੱਲ੍ਹ ਸ਼ਾਮ ਨੂੰ 5:17 'ਤੇ ਜੀ ਦਿੱਲੀ ਪੁਲਿਸ ਵੱਲੋਂ ਕਾਲ ਆਈ ਸੀਗੀ, ਉਹਨਾਂ ਨੇ ਪਹਿਲਾਂ ਪੁੱਛਿਆ ਇਨਫੋਰਮ ਸਾਰਾ ਇਨਵੈਸਟੀਗੇਸ਼ਨ ਕਰਕੇ ਜੀ, ਫਿਰ ਇਹਦੇ ਨਾਲ ਬੇਟੇ ਨਾਲ ਗੱਲ ਕਰਵਾਈ, ਅਤੇ ਉਹਨਾਂ ਨੇ ਕਿਹਾ ਵੀ ਅਸੀਂ ਇਹ ਰੱਖ ਨਹੀਂ ਸਕਦੇ, ਵੀ ਤੁਸੀਂ ਪੁਲਿਸ ਪਾਰਟੀ ਨੂੰ ਨਾਲ ਲੈ ਕੇ ਆਓ, ਵੀ ਅਸੀਂ ਚਾਈਲਡ ਕੇਅਰ ਹੈ ਕੋਈ ਬਣਿਆ ਹੈ ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ, ਚਾਈਲਡ ਹੈਲਪਲਾਈਨ ਕੋਈ ਸੰਸਥਾ ਬਣਾਈ ਹੋਈ ਉਹਨਾਂ ਨੇ ਉੱਥੇ ਜੀ, ਉਹਨਾਂ ਨੇ ਵਧੀਆ ਟ੍ਰੀਟ ਕੀਤਾ, ਉਹਨਾਂ ਨੇ ਪਤਾ ਕੀਤਾ ਵੀ ਕੋਈ ਦਵਾਈ ਤਾਂ ਨਹੀਂ ਚੱਲਦੀ ਇਹਦੀ, ਇੱਕ ਦੋ ਮੈਡੀਸਨ ਚੱਲ ਰਹੀ ਸੀਗੀ, ਉਹਨਾਂ ਨੇ ਵਧੀਆ ਇਹਨੂੰ ਖਾਣਾ ਖੁਣਾ ਖਵਾਇਆ ਜੀ, ਅਤੇ ਅੱਜ ਸਵੇਰੇ ਫਿਰ ਪੁਲਿਸ ਪਾਰਟੀ ਨਾਲ ਜਾ ਕੇ ਅਸੀਂ ਲੈ ਆਏ ਜੀ। ਕੀ ਕਾਰਨ ਕਿਸੇ ਦਾ ਘਰੋਂ? ਕਾਰਨ ਤਾਂ ਜੀ ਸੱਚੀ ਗੱਲ ਸਰ ਮੈਂ ਤਾਂ ਬਾਹਰ ਰਹਿੰਦਾ ਜੀ, ਮੈਂ ਸ਼ਾਮ ਨੂੰ 5 ਵਾਪਸ ਆਇਆ ਸੀ ਕੰਮ ਤੋਂ, ਇਹਦੇ ਮਦਰ ਵੀ ਜੋਬ ਕਰਦੇ ਨੇ, ਅਤੇ ਜੀ ਇਹ ਤਾਂ ਇਹੀ ਕਹਿ ਰਿਹਾ ਜੀ ਘਰੇ ਕੋਈ ਲੜਾਈ ਨਹੀਂ, ਮੈਂ ਤਾਂ ਟ੍ਰੇਨ ਦੇਖਣ ਗਿਆ ਜੀ, ਸੱਚਾਈ ਇਹ। ਕਿੰਨੇ ਟਾਈਮ ਦੇ ਵਿੱਚ ਪੁਲਿਸ ਨੇ ਜਿਹੜਾ ਕੇਸ ਟ੍ਰੇਸ ਕਰ ਲਿਆ ਅਤੇ ਕੀ ਕਹਿਣਾ ਹੁੰਦਾ? ਪੁਲਿਸ ਸੰਗਰੂਰ ਪੁਲਿਸ ਨੇ ਸਾਡੀ ਬਹੁਤ ਹੈਲਪ ਕੀਤੀ ਜੀ, ਪਟਿਆਲਾ ਟ੍ਰੈਫਿਕ ਪੁਲਿਸ ਨੇ ਬਹੁਤ ਹੈਲਪ ਕੀਤੀ, PCR ਨੇ ਜੀ, ਇਹ 24 ਤਾਂ ਪੂਰੇ ਵੀ ਨਹੀਂ ਹੋਏ ਜੀ ਇਹਦੇ ਵਿੱਚ, ਪੂਰੇ ਮਦਦ ਕੀਤੀ ਇਹਨਾਂ ਨੇ ਜੀ। SHO ਸਾਹਿਬ ਨੇ, ਵਡੇਰਾ ਸਾਹਿਬ, ਡਿਪਟੀ ਸਾਹਿਬ ਨੇ, ਵਡੇਰਾ ਸਾਹਿਬ ਸਾਨੂੰ ਰਾਤ 1:30 ਤੱਕ ਫੋਨ ਕਰੀ ਗਏ ਜੀ, ਪੂਰਾ ਟ੍ਰੇਸ ਕੀਤਾ ਜੀ ਸਾਨੂੰ। 8th ਕਲਾਸ 'ਚ ਹੈ ਜੀ, ਹੈਰੀਟੇਜ ਪਬਲਿਕ ਸਕੂਲ ਭਾਨੀਗੜ੍ਹ ਪੜ੍ਹਦੇ ਜੀ, 13 ਉਮਰ ਹੈ ਜੀ। ਨਹੀਂ ਸਕੂਲ ਵੱਲੋਂ ਕੋਈ ਪ੍ਰੈਸ਼ਰ ਨਹੀਂ ਜੀ, ਸਕੂਲ ਬਹੁਤ ਵਧੀਆ, ਬਹੁਤ ਵਧੀਆ ਸਕੂਲ ਹੈ ਜੀ, ਕੋਈ ਇਹੋ ਜਿਹੀ ਗੱਲ ਨਹੀਂ। ਇਹ 18 ਸਾਲ ਦਾ 13 ਸਾਲ ਦਾ ਲੜਕਾ ਹੈ ਏਕਮਵੀਰ ਸਿੰਘ, ਸਾਨੂੰ ਵੀਰਿੰਦਰ ਸਿੰਘ, ਇਹ 16 ਤਰੀਕ ਨੂੰ ਆਪਣੇ ਘਰੋਂ ਚਲਾ ਗਿਆ ਹੈ ਕਰੀਬ 4 ਵਜੇ। ਜੋ ਸਮਝ ਆ ਰਹੀ ਹੈ ਕੁਛ ਪ੍ਰੈਸ਼ਰ ਦੇ ਵਿੱਚ ਸੀ ਇਹ ਲੜਕਾ, ਘਰੋਂ ਇਹਦੇ ਕੋਲ ਕੁਛ ਪੈਸੇ ਜੋੜੇ ਹੋਏ ਸੀ, ਉਹ 120 ਰੁਪਈਏ ਲੈ ਕੇ ਅਤੇ ਚਲਾ ਗਿਆ। ਹੁਣ ਜਦੋਂ ਇਹਨੂੰ ਪੁੱਛ ਰਹੇ, ਕਹਿੰਦਾ ਮੈਂ ਟ੍ਰੇਨ ਨਹੀਂ ਸੀ ਦੇਖੀ, ਟ੍ਰੇਨ ਦੇਖਣੀ ਸੀ, ਪਰ ਜੋ ਇਹਦੇ ਘਰ ਦੇ ਐਟਮੋਸਫੇਅਰ ਤੋਂ ਪੁਲਿਸ SHO ਸਾਡੇ ਹੈ ਬਹੁਤ ਮਿਹਨਤੀ,
ਚਰਨਜੀਤ ਲਾਂਬਾ ਜੀ, ਉਹਨਾਂ ਨੇ ਇਹਦੇ ਪੇਰੈਂਟਸ ਨਾਲ, ਇਹਦੇ ਨਾਲ ਇਹਦੇ ਜਿਹੜੇ ਫਸਟ ਸਰਕਲ ਦੇ ਲੜਕੇ ਸਕੂਲ 'ਚ ਪੜ੍ਹਦੇ ਉਹਨਾਂ ਨਾਲ ਗੱਲ ਗੁੱਲ ਕਰਕੇ ਇਹ ਗੱਲ ਨੂੰ ਸਾਹਮਣੇ ਲਿਆਂਦਾ ਕਿ ਇਹ ਬੱਚਾ ਪ੍ਰੈਸ਼ਰ ਸੀ ਔਰ ਇਹ 120 ਰੁਪਈਏ ਆਪਣੀ ਕੁਲੈਕਸ਼ਨ ਮਨੀ ਜਿਹੜੀ ਇਹਦੇ ਕੋਲ ਸੀ ਉਹ ਲੈ ਕੇ ਚਲਿਆ ਗਿਆ। ਇੱਥੋਂ ਪਟਿਆਲੇ ਗਿਆ, 40 ਰੁਪਈਏ ਨੇ ਉੱਥੇ ਸਪੈਂਡ ਕੀਤੇ, ਫਿਰ ਇਹ ਉੱਥੋਂ ਟ੍ਰੇਨ ਪਕੜ ਕੇ ਅੰਮ੍ਰਿਤਸਰ ਚਲਾ ਗਿਆ, ਦਰਬਾਰ ਸਾਹਿਬ ਰਾਤ ਰਿਹਾ। ਉੱਥੋਂ ਇਹਦੇ ਮਨ ਦੇ ਵਿੱਚ ਆਇਆ ਮੈਂ ਘਰ ਮੁੜ ਜਾਂ, ਇਹਨੇ ਉੱਥੋਂ ਟ੍ਰੇਨ ਪਕੜੀ, ਉਹ ਟ੍ਰੇਨ ਜਿਹੜੀ ਹੈ ਆਪਣੇ ਵੱਲੋਂ ਤਾਂ ਇਹਨੇ ਪਟਿਆਲੇ ਦੀ ਪਕੜੀ, ਬੱਚਾ ਤੁਸੀਂ ਦੇਖੋਗੇ ਛੋਟਾ ਜਿਹਾ, ਔਰ ਉਹ ਸਿੱਧੀ ਦਿੱਲੀ ਨੂੰ ਲੰਘ ਗਈ ਕਿਉਂਕਿ SHO ਸਾਹਿਬ ਇਹਨੂੰ ਲਗਾਤਾਰ ਇਨ ਟੱਚ ਸੀਗੇ ਔਰ ਪੈਰਵਾਈ ਕਰ ਰਿਹਾ ਸੀ, ਜਿਹੜਾ ਚਾਈਲਡ ਹੈਲਪਲਾਈਨ ਦੀ ਮਦਦ ਲੈ ਰਿਹਾ ਸੀ, ਸੋਸ਼ਲ ਮੀਡੀਆ ਦੀ ਮਦਦ ਲਈ, ਉਹਦੇ ਉੱਤੇ ਇਹਨੂੰ ਛਾਇਆ ਕੀਤਾ ਗਿਆ ਇਹਦੀਆਂ ਫੋਟੋ ਨੂੰ, ਔਰ ਉਸ ਮਦਦ ਦੇ ਨਾਲ ਇਹ GRP ਦਿੱਲੀ ਤੋਂ ਸਾਨੂੰ ਇਹ ਬੱਚਾ ਰੇਲਵੇ ਸਟੇਸ਼ਨ ਤੋਂ ਮਿਲਿਆ ਹੈ ਔਰ ਇਹਨਾਂ ਨੇ ਉੱਥੇ ਦਵਾਦਵ ਜਿਹੜੀ ਦਿੱਲੀ ਹੈਲਪਲਾਈਨ ਦੀ ਮਦਦ ਲਈ, ਉਹਨਾਂ ਦੇ ਬੰਦੇ ਉੱਥੇ ਜਾ ਕੇ ਬੱਚੇ ਨੂੰ ਇਹਨਾਂ ਨੇ ਆਪਣੀ ਕਸਟੱਡੀ 'ਚ ਲਿਆ ਅਤੇ ਹੁਣ ਇਹਨੂੰ ਲਿਆ ਕੇ ਇਹਦੇ ਪੇਰੈਂਟਸ ਦੇ ਹਵਾਲੇ ਕਰਤਾ। ਇਸ ਕੇਸ ਵਿੱਚ ਸਭ ਤੋਂ ਜਿਹੜੀ ਅਹਿਮ ਚੀਜ਼ ਹੈ ਕਿਹੜੀ, ਜਿਸਦੇ ਰਾਹੀਂ ਤੁਹਾਨੂੰ ਇਹ ਕੇਸ ਸੋਲਵ ਕਰਨ ਦੇ ਸੌਖਾ ਹੋਇਆ? ਮੇਨ ਜੋ ਇੰਸਪੈਕਟਰ ਸਾਹਿਬ ਦਾ ਉਪਰਾਲਾ ਹੈ ਸਾਡਿਆਂ ਦਾ ਥਾਣੇ ਭਵਾਨੀਗੜ੍ਹ ਵਾਲਿਆਂ ਨੇ, ਇਹਨਾਂ ਨੇ ਚਾਈਲਡ ਹੈਲਪਲਾਈਨ ਨੂੰ ਬਹੁਤ ਇਸ ਗੱਲ ਨੂੰ ਸਰਾਹਿਆ ਹੈ ਕਿ ਉਹਨਾਂ ਦੇ ਜਿਹੜੇ ਵਰਕਰ ਹੈ ਜਿਹੜੇ ਚਾਈਲਡ ਹੈਲਪਲਾਈਨ 'ਚ ਕੰਮ ਕਰ ਰਹੇ ਹਨ, ਉਹ ਅਗਰ ਦਿੱਲੀ ਉੱਥੇ GRP ਤੋਂ ਨਹੀਂ ਤਾਂ ਅਗਾਂਹ ਬੱਚਾ ਫਿਰ ਉੱਥੋਂ ਵੀ ਨਿਕਲ ਸਕਦਾ ਸੀ। ਉਹ ਦਵਾਦਵ ਚਾਈਲਡ ਹੈਲਪਲਾਈਨ ਦੇ ਬੰਦੇ ਉੱਥੇ ਪਹੁੰਚ ਗਏ, GRP ਵਾਲਿਆਂ ਕੋਲ ਬੱਚਾ ਲੈ ਲਿਆ, ਲੈ ਕੇ ਇਹਨਾਂ ਨੇ ਸਾਨੂੰ ਉਦੋਂ ਤੱਕ ਜਦ ਤੱਕ ਬੰਦੇ ਇੱਥੋਂ ਪਹੁੰਚ ਨਹੀਂ ਗਏ ਸਾਡੇ ਨਾਲ ਇਨ ਟੱਚ ਰਹੇ, ਤਾਂ ਉਹ ਉਹਨਾਂ ਦਾ ਬਹੁਤ ਇਮਦਾਦ ਮਿਲੀ ਹੈ ਸਾਨੂੰ, ਇਹ ਗੱਲ ਦੱਸਣਯੋਗ ਹੈ ਔਰ ਸ਼ਲਾਘਾਯੋਗ ਹੈ। ਚਾਈਲਡ ਹੈਲਪਲਾਈਨ ਸਭ ਤੋਂ ਮਸਲਾ ਹੈ, ਹਾਂ ਚਾਈਲਡ ਇਹ ਲੋਕਾਂ ਨੂੰ ਇਹ ਸਮਝ ਆਉਣੀ ਚਾਹੀਦੀ ਹੈ ਅਗਰ ਕੋਈ ਬੱਚਾ ਜਾਂਦਾ ਹੈ ਤਾਂ ਤੁਰੰਤ ਜਿਹੜਾ ਚਾਈਲਡ ਹੈਲਪਲਾਈਨ ਦਾ ਨੰਬਰ ਹੈ 1098 ਉੱਤੇ ਤੁਰੰਤ ਮੈਸੇਜ ਕਰਨਾ ਚਾਹੀਦਾ ਔਰ ਉਹਨਾਂ ਦੀ ਮਦਦ ਲੈਣੀ ਚਾਹੀਦੀ ਹੈ। ਇਹ 8th ਕਲਾਸ ਦੇ ਵਿੱਚ ਪੜ੍ਹਦਾ ਸੀ, ਹੈਰੀਟੇਜ ਪਬਲਿਕ ਸਕੂਲ ਹੈ ਭਵਾਨੀਗੜ੍ਹ ਉੱਥੇ। ਕਿੰਨੇ ਦਿਨਾਂ ਦੇ ਵਿੱਚ ਪੁਲਿਸ ਨੇ ਜਿਹੜਾ ਕੇਸ ਐਡਰੈਸ? ਇਹ 16 ਤਰੀਕ ਪਰਸੋਂ ਸ਼ਾਮ ਨੂੰ ਗਿਆ, ਕੱਲ ਈਵਨਿੰਗ ਟਾਈਮ ਸਾਨੂੰ ਪਤਾ ਲੱਗ ਗਿਆ ਸੀ ਦਿੱਲੀ, ਫਿਰ ਇਹਨਾਂ ਦੇ ਪੇਰੈਂਟਸ ਨੂੰ ਭੇਜ। ਪੰਜਾਬ ਨਾਲ ਜੁੜੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਤੇ ਕਲਿੱਕ ਕਰੋ ਬੈਲ ਆਈਕਨ ਤੇ ਤਾਂ ਜੋ ਤੁਹਾਨੂੰ ਹਰ ਖਬਰ ਮਿਲੇ ਸਭ ਤੋਂ ਪਹਿਲਾਂ। ਇਸ ਦੇ ਨਾਲ ਹੀ ਵਿਜ਼ਿਟ ਕਰੋ ਸਾਡੀ ਵੈਬਸਾਈਟ ਤੇ www.khabarharpalindia.com ਤੇ। ਇਸ ਦੇ ਨਾਲ ਹੀ ਤੁਸੀਂ ਸਾਡਾ Facebook ਪੇਜ ਵੀ ਲਾਈਕ ਕਰ ਸਕਦੇ ਹੋ, Facebook ਤੇ ਸਰਚ ਕਰੋ ਖਬਰ ਹਰਪਲ ਇੰਡੀਆ।